hold a voice below 82.5. Next, get ready, Jennifer Lee from Canada. ਖੇਡਾਂ ਵਤਨ ਪੰਜਾਬ ਚ ਵੀ ਭਾਗ ਲਿਆ ਉਸ ਵਿੱਚ ਤੁਹਾਨੂੰ ਕਿਹੜੇ ਕਿਹੜੇ ਮੈਡਲ ਸਰ ਜ਼ਿਲ੍ਹੇ ਦੇ ਵਿੱਚੋਂ ਮੇਰਾ ਗੋਲਡ ਮੈਡਲ ਆਇਆ ਤੇ ਨੈਸ਼ਨਲ ਦੇ ਵਿੱਚੋਂ ਮੇਰਾ ਸਿਲਵਰ ਆਇਆ ਗੋਲਡ ਉੱਥੋਂ ਕਿਉਂ ਨਹੀਂ ਲਿਆ ਜਦੋਂ ਦੁਬਈ ਚਲੇ ਸਕਦੇ ਉਹ ਕਿੱਟ ਦਾ ਘੱਟੋ ਘੱਟ 50-60,000 ਰੁਪਇਆ ਖਰਚਾ ਜੀ ਤੇ ਸਾਡੀ ਗਵਰਨਮੈਂਟ ਨੂੰ ਇਹੀ ਸੀ ਹੁਣ ਜਿਹੜੀਆਂ ਦੂਸਰੀਆਂ ਕੁੜੀਆਂ ਮੇਰੇ ਨਾਲ ਜਿਹਦਾ ਗੋਲਡ ਆਇਆ ਜੀ ਉਹਦੇ ਕੋਲੇ ਕਿੱਟ ਸੀ ਇਸ ਕਰਕੇ ਉਹ ਫਸਟ ਆਈ ਹੈ ਪਰ ਮੈਨੂੰ ਇਸ ਗੱਲ 'ਚ ਮਾਣ ਹੈ ਵੀ ਮੈਂ 300 ਕੁੜੀਆਂ ਦੇ ਵਿੱਚੋਂ ਇਕੱਲੀ ਰੋ ਦੇ ਵਿੱਚੋਂ ਮੈਂ ਸੈਕਿੰਡ ਆਈ ਕੀ ਮੰਗ ਕਰਨੀ ਚਾਹੁੰਦੇ ਹੋ ਤਾਂ ਕਿ ਤੁਸੀਂ ਮਾਣ ਲੈ ਆਓ ਪੰਜਾਬ ਲਈ ਹਿੰਦੁਸਤਾਨ ਲਈ ਖੇਡਾਂ ਦੇ ਹੁਣ ਜੇ ਸਾਡੇ ਕੋਲੇ ਵੀ ਗੁੰਜਾਇਸ਼ ਹੁੰਦੀ ਕਿੱਟ ਲੈਣ ਦੀ ਤਾਂ ਮੈਨੂੰ ਇਸ ਗੱਲ 'ਚ ਆਪਣੇ ਆਪ 'ਤੇ 100% ਭਰੋਸਾ ਵੀ ਮੈਂ ਉੱਥੋਂ ਗੋਲਡ ਲੈ ਕੇ ਹੀ ਆਉਂਦੀ ਇਹ ਗੇਮ ਤੁਸੀਂ ਪੁਰਾਣੇ ਸ਼ੁਰੂ ਤੋਂ ਸ਼ੁਰੂ ਕਰੀਤੀ ਆ ਜਾਂ ਸਹੁਰੇ ਘਰ ਆ ਕੇ ਤੁਹਾਨੂੰ ਇਹ ਨਹੀਂ ਸਰ ਮੈਂ ਸਹੁਰੇ ਘਰ ਆ ਕੇ ਖੇਡਣ ਲੱਗੀ ਹਾਂ ਇੱਥੇ ਮੈਨੂੰ ਹੁਣ ਇਸ ਗੇਮ ਨੂੰ ਘੱਟੋ ਘੱਟ 4-5 ਸਾਲ ਹੋ ਗਏ ਖੇਡਦੀ ਨੂੰ ਮੈਂ ਪਾਰਟੀਸਪੇਟ ਕੀਤਾ ਸਭ ਤੋਂ ਪਹਿਲਾਂ ਸਰ ਮੈਂ ਹਰਿਆਣਾ 'ਚ ਸਰਹੰਦ 'ਚ ਖੇਡ ਕੇ ਆਈ ਹਾਂ ਉੱਥੇ ਮੇਰਾ ਗੋਲਡ ਮੈਡਲ ਆਇਆ ਪਹਿਲੀ ਵਾਰ ਅਸੀਂ ਬਾਰੇ ਜਾਣਦੇ ਹਾਂ ਬੇਟੀ ਕਮਲਜੀਤ ਦੇ ਜਿਨ੍ਹਾਂ ਨੇ ਘਰ ਦਾ ਕੰਮ ਵੀ ਕਰਿਆ ਡੰਗਰ ਪਸ਼ੂ ਵੀ ਸਾਹਮਣੇ ਬੱਚੇ ਵੀ ਸਾਹਮਣੇ ਦੋ ਬੱਚੇ ਪੜ੍ਹਾ ਕੇ ਅਤੇ ਇੱਕ ਤਾਂ ਬੱਚਾ ਬਾਹਰ ਵੀ ਚਲਾ ਗਿਆ ਕੈਨੇਡਾ ਇਹਨਾਂ ਦੀ ਅਸੀਂ ਦੇਣ ਸਾਰਾ ਪਿੰਡ ਕੀ ਸਾਰਾ ਪੰਜਾਬ ਨਹੀਂ ਹਿੰਦੁਸਤਾਨ ਨਹੀਂ ਦੇ ਸਕਦਾ ਹੈ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫੱਗੂਵਾਲਾ ਜਿਵੇਂ ਕਹਿ ਦਈਏ ਗੁਰਦਾਸ ਮਾਨ ਦਾ ਇੱਕ ਗਾਣਾ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਰੱਖਿਆ ਉਸੇ ਨੂੰ ਸੱਚ ਕਰਦੇ ਹੋਏ ਦਿਖਾਉਂਦੇ ਨੇ ਬੀਬੀ ਕਮਲਜੀਤ ਕੌਰ ਮੰਗਵਾਲ ਤੋਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੰਗਵਾਲ ਵਿੱਚ ਖੜ੍ਹੇ ਹਾਂ ਜਿਹੜੇ ਇੰਟਰਨੈਸ਼ਨਲ ਲੈਵਲ 'ਤੇ ਡੁਬਈ 'ਚੋਂ ਗੋਲਡ ਮੈਡਲ ਲੈ ਕੇ ਆਏ ਨੇ ਪੁੱਛ ਲੈਂਦੇ ਹਾਂ ਗੱਲ ਕਰ ਲੈਂਦੇ ਉਹਨਾਂ ਨਾਲ ਹਾਂਜੀ ਭੈਣ ਜੀ ਪਹਿਲਾਂ ਸਵਾਗਤ ਹੈ ਸਾਡਾ D5 ਚੈਨਲ ਤੁਹਾਡਾ ਸਤਿ ਸ਼੍ਰੀ ਅਕਾਲ ਸਰ ਕਿਵੇਂ ਦੇਖਦੇ ਹੋ ਗੋਲਡ ਮੈਡਲ ਲੈ ਕੇ ਆਏ ਹੋ ਕਿੰਨਾ ਕੁ ਪ੍ਰਾਊਡ ਫੀਲ ਕਰਦੇ ਹੋ ਬਹੁਤ ਸਰ ਬਹੁਤ ਜ਼ਿਆਦਾ ਆਪਣੇ ਆਪ 'ਤੇ ਮਾਣ ਮਹਿਸੂਸ ਹੁੰਦਾ ਮੈਂ ਆਪਣੇ ਦੇਸ਼ ਲਈ ਕੁਛ ਕਰ ਰਹੀ ਹਾਂ ਜੀ ਤੁਸੀਂ ਨੇ ਖੇਡਾਂ ਵਤਨ ਪੰਜਾਬ 'ਚ ਵੀ ਭਾਗ ਲਿਆ ਉਸ ਵਿੱਚ ਤੁਹਾਨੂੰ ਕਿਹੜੇ ਕਿਹੜੇ ਮੈਡਲ ਮਿਲੇ ਸਰ ਜ਼ਿਲ੍ਹੇ ਦੇ ਵਿੱਚੋਂ ਮੇਰਾ ਗੋਲਡ ਮੈਡਲ ਆਇਆ ਅਤੇ ਨੈਸ਼ਨਲ ਦੇ ਵਿੱਚੋਂ ਮੇਰਾ ਸਿਲਵਰ ਆਇਆ ਸਿਲਵਰ ਕਿਉਂ ਆਇਆ ਗੋਲਡ ਉੱਥੋਂ ਕਿਉਂ ਨਹੀਂ ਲਿਆ ਜਦੋਂ ਤੁਸੀਂ ਦੁਬਈ 'ਚੋਂ ਲੈ ਸਕਦੇ ਹੋ ਸਰ ਉੱਥੋਂ ਮੇਰਾ ਸਿਲਵਰ ਇਸ ਕਰਕੇ ਆਇਆ ਇਸ ਦੇ ਵਿੱਚ ਇੱਕ ਕਿੱਟ ਹੁੰਦੀ ਹੈ ਸਰ ਇੱਕ ਰੋ ਵਿੱਚ ਖੇਡਿਆ ਜਾਂਦਾ ਹੁੰਦਾ ਇੱਕ ਕਿੱਟ ਦੇ ਵਿੱਚ ਖੇਡਿਆ ਜਾਂਦਾ ਹੁੰਦਾ ਸਰ ਮੇਰੇ ਯਾਨੀ ਕਿ ਇੰਨੇ ਫੈਮਿਲੀ ਵਿੱਚ ਇੰਨੀ ਨਹੀਂ ਉਹ ਹੈਗੀ ਅਸੀਂ ਨਹੀਂ ਪ੍ਰੋਵਾਈਡ ਕਰ ਸਕੇ ਉਹ ਕਿੱਟ ਦਾ ਘੱਟੋ ਘੱਟ 50-60,000 ਰੁਪਇਆ ਖਰਚਾ ਜੀ ਅਤੇ ਸਾਡੀ ਗਵਰਨਮੈਂਟ ਨੂੰ ਇਹੀ ਸੀ ਹੁਣ ਜਿਹੜੀਆਂ ਦੂਸਰੀਆਂ ਕੁੜੀਆਂ ਮੇਰੇ ਨਾਲ ਜਿਹਦਾ ਗੋਲਡ ਆਇਆ ਜੀ ਉਹਦੇ ਕੋਲੇ ਕਿੱਟ ਸੀ ਇਸ ਕਰਕੇ ਉਹ ਫਸਟ ਆਈ ਹੈ ਪਰ ਮੈਨੂੰ ਇਸ ਗੱਲ 'ਚ ਮਾਣ ਹੈ ਵੀ ਮੈਂ 300 ਕੁੜੀਆਂ ਦੇ ਵਿੱਚੋਂ ਇਕੱਲੀ ਰੋ ਦੇ ਵਿੱਚੋਂ ਮੈਂ ਸੈਕਿੰਡ ਆਈ ਹਾਂ ਬਾਕੀ ਸਾਰੀਆਂ ਕੁੜੀਆਂ ਦੇ ਕਿੱਟ ਸੀ ਜੀ ਮੈਂ ਵਿਦਆਊਟ ਕਿੱਟ ਖੇਡੀ ਹਾਂ ਤਾਂ ਵੀ ਮੈਂ ਸੈਕਿੰਡ ਆਈ ਹਾਂ ਕੀ ਮੰਗ ਕਰਨੀ ਚਾਹੁੰਦੇ ਗੌਰਮੈਂਟ ਤੋਂ ਤੁਹਾਨੂੰ ਅਵੇਲੇਬਲ ਹੋ ਜੇ ਕਿਉਂਕਿ DC ਸਾਹਿਬ ਵੱਖਰੇ ਤੌਰ 'ਤੇ ਕਰਦੇ ਨੇ ਆਪਣੇ ਇਲਾਕੇ ਨਾਲ ਜੁੜੇ ਹੋਏ ਨੇ ਭਗਵੰਤ ਸਿੰਘ ਮਾਨ ਕਿਉਂਕਿ ਸੰਗਰੂਰ ਨੂੰ ਬਲੋਕ ਕਰਦੇ ਨੇ ਕੀ ਮੰਗ ਕਰਨੀ ਚਾਹੁੰਦੇ ਹੋ ਤਾਂ ਕਿ ਤੁਸੀਂ ਮਾਨਪੁਰ ਲੈ ਆਓ ਪੰਜਾਬ ਲਈ ਹਿੰਦੁਸਤਾਨ ਲਈ ਖੇਡਾਂ ਦੇ ਵਿੱਚ ਸਰ ਮੈਂ ਗਵਰਨਮੈਂਟ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਭਗਵੰਤ ਮਾਨ ਸਾਹਿਬ ਨੂੰ ਵੀ ਜਿੰਨੇ ਵੀ ਪਲੇਅਰ ਨੇ ਸਾਰੇ ਬਹੁਤ ਵਧੀਆ ਖੇਡਦੇ ਨੇ ਜੀ ਸਭ ਦੀ ਫੈਮਿਲੀ ਪ੍ਰੋਬਲਮ ਹੈ ਕੋਈ ਇਸ ਚੀਜ਼ ਨੂੰ ਪ੍ਰੋਵਾਈਡ ਕਰ ਸਕਦਾ ਕੋਈ ਨਹੀਂ ਕਰ ਸਕਦਾ ਕਿਸੇ ਨੂੰ ਡਾਈਟ ਦੀ ਪ੍ਰੋਬਲਮ ਹੈ ਪਰ ਜੇ ਗਵਰਨਮੈਂਟ ਕਿਸੇ ਗੱਲ ਤੋਂ ਉਹਨਾਂ ਨੂੰ ਸਾਥ ਦਿੰਦੀ ਹੈ ਤਾਂ ਸਾਰੇ ਖੇਡ ਸਕਦੇ ਨੇ ਜ਼ਰੂਰੀ ਨਹੀਂ ਵੀ ਇਕੱਲੇ ਮੁੰਡੇ ਖੇਡ ਸਕਦੇ ਨੇ ਕੁੜੀਆਂ ਵੀ ਖੇਡ ਸਕਦੇ ਨੇ ਪਰ ਉਹਨਾਂ ਨੂੰ ਜੀ ਸਪੋਰਟ ਦੀ ਜ਼ਰੂਰਤ ਆ ਹੁਣ ਜੇ ਸਾਡੇ ਕੋਲੇ ਵੀ ਗੁੰਜਾਇਸ਼ ਹੁੰਦੀ ਕਿੱਟ ਲੈਣ ਦੀ ਤਾਂ ਮੈਨੂੰ ਇਸ ਗੱਲ 'ਚ ਆਪਣੇ ਆਪ 'ਤੇ 100% ਭਰੋਸਾ ਵੀ ਮੈਂ ਉੱਥੋਂ ਗੋਲਡ ਲੈ ਕੇ ਹੀ ਆਉਂਦੀ ਕਿਵੇਂ ਲੱਗਦਾ ਇਹ ਗੇਮ ਤੁਸੀਂ ਪੁਰਾਣੇ ਸ਼ੁਰੂ ਤੋਂ ਸ਼ੁਰੂ ਕਰੀਤੀ ਆ ਜਾਂ ਸਹੁਰੇ ਘਰ ਆ ਕੇ ਤੁਹਾਨੂੰ ਇਹ ਨਹੀਂ ਸਰ ਮੈਂ ਸਹੁਰੇ ਘਰ ਆ ਕੇ ਖੇਡਣ ਲੱਗੀ ਹਾਂ ਇੱਥੇ ਮੈਨੂੰ ਹੁਣ ਇਸ ਗੇਮ ਨੂੰ ਘੱਟੋ ਘੱਟ 4-5 ਸਾਲ ਹੋ ਗਏ ਖੇਡਦੀ ਨੂੰ ਸਿਰਫ ਮੇਰੀ ਫੈਮਿਲੀ ਦੀ ਸਪੋਰਟ ਨਾਲ ਖੇਡਣ ਲੱਗੀ ਜੀ ਮੈਂ ਜਿਮ ਜੁਆਇਨ ਕੀਤਾ ਸੀ ਇੱਕ ਨੋਰਮਲੀ ਫਿਟਨੈਸ ਦੇ ਲਈ ਪਰ ਮੈਨੂੰ ਉੱਥੋਂ ਦੇਖ ਕੇ ਲੋਕਾਂ ਨੂੰ ਇਹ ਹੁੰਦਾ ਸੀ ਵੀ ਉਹ ਖੇਡਣ ਜਾਂਦੇ ਨੇ ਮੈਂ ਵੀ ਖੇਡ ਸਕਦੀ ਹਾਂ ਫਿਰ ਮੈਂ ਇਹਨਾਂ ਨਾਲ ਗੱਲ ਕੀਤੀ ਮੇਰੇ ਹਸਬੈਂਡ ਨਾਲ ਉਹ ਕਹਿੰਦੇ ਵੀ ਜੇ ਤੈਨੂੰ ਲੱਗਦਾ ਮੈਂ ਖੇਡ ਸਕਦੀ ਹਾਂ ਤਾਂ ਤੂੰ ਪਾਰਟੀਸਪੇਟ ਕਰ ਸਕਦੀ ਹਾਂ ਮੈਂ ਪਾਰਟੀਸਪੇਟ ਕੀਤਾ ਸਭ ਤੋਂ ਪਹਿਲਾਂ ਸਰ ਮੈਂ ਹਰਿਆਣਾ 'ਚ ਸਰਹੰਦ 'ਚ ਖੇਡ ਕੇ ਆਈ ਹਾਂ ਉੱਥੇ ਮੇਰਾ ਗੋਲਡ ਮੈਡਲ ਆਇਆ ਪਹਿਲੀ ਵਾਰ ਤਾਂ ਮੈਨੂੰ ਆਪਣੇ ਆਪ ਨੂੰ ਹੌਸਲਾ ਹੋਇਆ ਵੀ ਨਹੀਂ ਮੈਂ ਅੱਗੇ ਵੀ ਕੁਛ ਕਰ ਸਕਦੀ ਹਾਂ ਕਿਉਂਕਿ ਉੱਥੇ ਮੈਂ ਦੇਖਿਆ ਉੱਥੇ ਲੋਕ ਕੁੜੀਆਂ ਮੁੰਡੇ ਸਭ ਹੈਂਡੀਕੈਪਟ ਵੀ ਉੱਥੇ ਖੇਡ ਰਹੇ ਸੀ ਜੀ ਤਾਂ ਮੈਂ ਸੋਚਿਆ ਵੀ ਮੈਂ ਇਹਨਾਂ ਨਾਲੋਂ ਤਾਂ ਠੀਕ ਹਾਂ ਮੇਰੇ ਹੱਥ ਪੈਰ ਤਾਂ ਠੀਕ ਨੇ ਮੈਂ ਵੀ ਖੇਡ ਸਕਦੀ ਹਾਂ ਇਸ ਕਰਕੇ ਸਰ ਫਿਰ ਮੈਂ ਅੱਗੇ ਕਾਫੀ ਛੋਟੇ ਛੋਟੇ ਕੰਪੀਟੀਸ਼ਨ ਵੀ ਖੇਡੀ ਫਿਰ ਇਸੇ ਤਰ੍ਹਾਂ ਖੇਡਦੀ ਅਤੇ ਮੇਰੀ ਉੱਥੇ ਦੁਬਈ ਦੀ ਸਿਲੈਕਸ਼ਨ ਹੋ ਗਈ ਫਿਰ ਮੈਂ ਦੁਬਈ ਖੇਡ ਕੇ ਆਈ ਹਾਂ ਜੀ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣ ਗੋਲਡ ਮੈਡਲਾਂ ਨਾਲ ਭਰਿਆ ਪਿਆ ਕਿਉਂਕਿ
15 ਦੇ ਕਰੀਬ ਮੈਡਲ ਨੇ। ਮੈਡਮ ਜਦੋਂ ਮੈਡਲ ਲੈਂਦੇ ਹੋ ਕਿੰਨਾ ਕੁ ਪ੍ਰਾਊਡ ਫੀਲ ਹੁੰਦਾ ਪਿੰਡ ਵਾਸਤੇ ਪੰਜਾਬ ਵਾਸਤੇ ਕਿੰਨੇ ਖੁਸ਼ੀ ਮਿਲਦੀ ਹੈ? ਬਹੁਤ ਖੁਸ਼ੀ ਮਿਲਦੀ ਹੈ ਸਰ, ਬਹੁਤ ਜ਼ਿਆਦਾ ਮੈਨੂੰ ਮਾਣ ਹੈ ਇੱਥੇ ਇਸੇ ਮੰਗਵਾਲ ਪਿੰਡ ਦੇ ਵੀ ਬਹੁਤ ਮਾਣ ਹੈ ਜੀ ਵੀ ਮੈਂ ਇੱਥੇ ਦੀ ਨੂੰਹ ਹਾਂ ਅਤੇ ਬਾਕੀ ਮੈਨੂੰ ਆਪਣੇ ਦੇਸ਼ 'ਤੇ ਵੀ ਬਹੁਤ ਮਾਣ ਹੈ ਜੀ ਵੀ ਮੈਂ ਉਸ ਕਰਕੇ ਇੱਥੇ ਖੇਡਣ ਗਈ ਹਾਂ ਜੀ। ਅਸੀਂ ਗੱਲ ਕਰ ਲੈਂਦੇ ਹਾਂ ਉਹਨਾਂ ਦੇ ਹਸਬੈਂਡ ਨਾਲ, ਕਮਲਜੀਤ ਕੌਰ ਦੇ ਨਾਲ। ਬਾਈ ਜੀ ਕਿਵੇਂ ਲੱਗਦਾ ਜੇ ਸਰਕਾਰ ਵੱਲੋਂ ਕੋਈ ਸਹਾਇਤਾ ਮਿਲੇ ਤਾਂ ਅੱਗੇ ਗੇਮਾਂ ਕਰਾਉਂਦੇ ਰਹੋਗੇ ਜਾਂ ਆਪਦੇ ਲੈਵਲ 'ਤੇ ਵੀ ਕਰਾਉਂਗੇ? ਬਹੁਤ ਵਧੀਆ ਜੀ, ਪਰ ਅਸੀਂ ਸਰਕਾਰ ਤੋਂ ਚਾਹੁੰਦੇ ਹਾਂ, ਦੇਖੋ ਠੀਕ ਹੈ ਮੈਂ ਵੀ ਨੋਰਮਲ ਫੈਮਿਲੀ ਤੋਂ ਹਾਂ, ਮੇਤੋਂ ਵੀ ਕੁਛ ਕਮਜ਼ੋਰ ਘਰ ਦੇ ਬੱਚੇ ਨੇ ਜਿਹੜੇ ਬਹੁਤ ਕੁਛ ਕਰ ਸਕਦੇ ਨੇ ਅਤੇ ਖੇਡਣਾ ਚਾਹੁੰਦੇ ਨੇ। ਮੈਂ ਸਪੋਰਟਸ ਨੂੰ ਪਹਿਲੇ ਦੋਨੋਂ ਲਾਇਕ ਕਰਦਾ ਅਤੇ ਮੈਂ ਕਿਸਾਨ ਜੀਵਨ ਜਥੇਬੰਦੀ ਦੇ ਵਿੱਚ ਵੀ ਕੰਮ ਕਰਦਾ, ਸੇਵਾ ਕਰਦੇ ਹਾਂ ਜੀ ਅਤੇ ਕਰਦੇ ਰਹਾਂਗੇ ਅਤੇ ਮੈਨੂੰ ਮਿਸਰੀ ਅਤੇ ਮੇਰੇ 'ਤੇ ਪੂਰਾ ਮਾਣ ਹੈ। ਪਰ ਜੇ ਸਰਕਾਰ ਸਾਡੀ ਕੋਈ ਮਾਲੀ ਮਦਦ ਕਰਦੀ ਹੈ ਜਿਵੇਂ ਕਿੱਟ ਵਗੈਰਾ ਦੀ ਲੋੜ ਹੈ ਤਾਂ ਦਿੰਦੀ ਹੈ, ਤਾਂ ਅਸੀਂ ਬਿਲਕੁਲ, ਮੇਰਾ ਪਰਿਵਾਰ, ਮੇਰੀ ਮਦਰ, ਮੈਂ ਬਿਲਕੁਲ, ਮੇਰੇ ਬੱਚੇ, ਅਸੀਂ ਪੂਰਾ ਸਾਥ ਦੇਵਾਂਗੇ ਇਸੇ ਤਰ੍ਹਾਂ ਜਿਵੇਂ ਪਹਿਲਾਂ ਇਹ ਗੋਲਡ ਮੈਡਲ ਲੈਂਦੇ ਨੇ ਵੀ ਅੱਗੇ ਵੀ ਦੇਸ਼ ਲਈ ਖੇਡਣਗੇ। ਪਿੰਡ ਦੇ ਵੀ ਪਹੁੰਚੇ ਹੋਏ ਨੇ ਸੱਜਣ, ਉਹਨਾਂ ਨਾਲ ਵੀ ਕਰ ਲੈਂਦੇ ਹਾਂ। ਕੀ ਨਾਮ ਆ ਜੀ, ਕਿਵੇਂ ਲੱਗਦਾ ਜਦੋਂ ਮੰਗਵਾਲ ਪਿੰਡ ਦਾ ਨਾਂ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਉੱਤਮ ਹੁੰਦਾ, ਗੋਲਡ ਮੈਡਲ ਲੈਂਦੇ ਨੇ ਪੰਜਾਬ? ਮੇਰਾ ਨਾਂ ਗੁਰਪਾਲ ਸਿੰਘ ਹੈ ਜੀ, ਅਤੇ ਸਰੀਕੇ ਦੇ ਵਿੱਚੋਂ ਮੈਂ ਕਮਲਜੀਤ ਦਾ ਚਾਚਾ ਜੀ ਲੱਗਦਾ। ਅਤੇ ਬਾਕੀ ਜਿਸ ਟਾਈਮ ਇਹਨਾਂ ਨੇ ਸਟਾਰਟਿੰਗ ਕੀਤੀ ਜਿੰਮ ਦੀ, ਸਕੂਟਰੀ 'ਤੇ ਜਿੰਮ ਜਾਂਦੇ ਤਾਂ ਕੀ ਹੈ, ਸਾਡੇ ਜਿਹੜਾ ਸਮਾਜ ਹੈ ਨਾ, ਸਮਾਜ ਸਾਡਾ ਬਿਲਕੁਲ ਗਰਕਿਆ ਹੋਇਆ, ਸਮਾਜ ਦੀ ਜਿਹੜੀ ਸਾਡੇ ਦੀ ਨਜ਼ਰ ਹੈ ਬਿਲਕੁਲ ਗਰਕੀ ਹੋਈ ਹੈ। ਅਤੇ ਇਸ ਕਰਕੇ ਮਤਲਬ ਅਸੀਂ ਧੀਆਂ ਭੈਣਾਂ ਨੂੰ ਹੌਸਲਾ ਘੱਟ ਦਿੰਦੇ ਹਾਂ ਅਤੇ ਗਲਤ ਤਰੀਕੇ ਨਾਲ ਅਸੀਂ ਜ਼ਿਆਦਾ ਦੇਖਦੇ ਹੁੰਦੇ ਹਾਂ। ਪਰ ਮੈਂ ਬਾਰੇ ਬਾਰੇ ਜਾਣਾ ਮੇਰੇ ਭਤੀਜਾ ਹਰਜੀਤ ਸਿੰਘ ਦੇ, ਜਿਨ੍ਹਾਂ ਨੇ ਕਿਸੇ ਦੀ ਨਹੀਂ ਸੁਣੀ, ਇਸ ਪਰਿਵਾਰ ਨੇ ਕਿਸੇ ਦੀ ਨਹੀਂ ਸੁਣੀ, ਇਹਨਾਂ ਨੇ ਪੂਰੇ ਤਨ ਮਨ ਧਨ ਨਾਲ ਇਹਨਾਂ ਨੇ ਇਹਨਾਂ ਨੂੰ ਜਿੰਮ ਜੁਆਇਨ ਕਰਾਇਆ, ਪਹਿਲਾਂ ਛੱਡ ਕੇ ਵੀ ਆਉਂਦੇ ਰਹੇ। ਉਸ ਤੋਂ ਬਾਅਦ ਅਸੀਂ ਬਾਰੇ ਬਾਰੇ ਜਾਂਦੇ ਹਾਂ ਬੇਟੀ ਕਮਲਜੀਤ ਦੇ, ਜਿਨ੍ਹਾਂ ਨੇ ਘਰ ਦਾ ਕੰਮ ਵੀ ਕਰਿਆ, ਡੰਗਰ ਪਸ਼ੂ ਵੀ ਸਾਹਮਣੇ, ਬੱਚੇ ਵੀ ਸਾਹਮਣੇ, ਦੋ ਬੱਚੇ ਪੜ੍ਹਾ ਕੇ ਅਤੇ ਇੱਕ ਤਾਂ ਬੱਚਾ ਬਾਹਰ ਵੀ ਚਲਾ ਗਿਆ ਕਨੇਡਾ। ਇਹਨਾਂ ਦੀ ਅਸੀਂ ਦੇਣ ਸਾਰਾ ਪਿੰਡ ਕੀ, ਸਾਰਾ ਪੰਜਾਬ ਨਹੀਂ, ਹਿੰਦੁਸਤਾਨ ਨਹੀਂ ਦੇ ਸਕਦਾ ਹੈ ਇਹਨਾਂ ਦੀ ਦੇਣ। ਜੋ ਇਹ ਜਾ ਕੇ ਦੁਬਈ ਦੇ ਵਿੱਚੋਂ ਇੱਕ ਗੋਲਡ ਮੈਡਲਿਸਟ ਲੈ ਕੇ ਆਏ ਨੇ, ਪੰਜਾਬ ਦੇ ਵਿੱਚੋਂ ਕੀ, ਹਿੰਦੁਸਤਾਨ ਦੇ ਵਿੱਚੋਂ ਕੀ, ਇਹਨਾਂ ਨੇ ਇੱਕ ਨਾਮ ਕਮਾ ਕੇ ਲੈ ਕੇ ਆਏ ਨੇ। ਸਾਨੂੰ ਫਕਰ ਹੈ ਇਹਨਾਂ 'ਤੇ ਵੀ ਸਾਡੇ ਪਿੰਡ ਦੇ ਵਿੱਚੋਂ ਉੱਠ ਕੇ ਇਹਨਾਂ ਨੇ ਇੱਕ ਐਡੀ ਵੱਡੀ ਜਿਹੜੀ ਹੈਗੀ ਪ੍ਰਾਪਤੀ ਕੀਤੀ ਹੈਗੀ। ਅਸੀਂ ਇਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਜਿਨ੍ਹਾਂ ਨੇ ਇੰਨੀ ਮਿਹਨਤ ਕਰੀ ਹੈ। ਜੋ ਇਹਨਾਂ ਨੇ ਵਾਰ ਵਾਰ ਕਹਿ ਰਹੇ ਨੇ ਵੀ ਅਸੀਂ ਸਰਕਾਰ ਦੇ ਅੱਗੇ ਵੀ, ਮੈਂ ਤਾਂ ਇੱਕ ਇਹ ਰਿਕੁਐਸਟ ਕਰਦਾ ਵੀ ਜੋ ਇਹਨਾਂ ਨੇ ਮਾਲੀ ਮਦਦ ਅਤੇ ਇੱਕ ਨੌਕਰੀ ਸਾਡੀਆਂ ਸਰਕਾਰਾਂ ਅੱਗੇ, ਇੱਕ ਬੱਚਿਆਂ ਦੇ ਐਡੇ ਐਡੇ ਜਿਹੜੇ ਕਾਬਲ ਬੱਚੇ ਨੇ ਉਹਨਾਂ ਦੇ ਅੱਗੇ ਇੱਕ ਨੌਕਰੀ ਦੇਣੀ ਕੋਈ ਵੱਡੀ ਗੱਲ ਨਹੀਂ ਹੈ, ਬੜੇ ਡਿਪਾਰਟਮੈਂਟ ਪਏ ਨੇ ਜੇ ਦੇਣਾ ਚਾਹੁਣ ਇਹਦੇ ਕਰਕੇ ਅਸੀਂ ਸਾਰੇ ਨਗਰ ਵੱਲੋਂ, ਮੈਂ ਇੱਕ ਸਾਡੀ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਸੈਂਟਰ ਸਰਕਾਰ ਨੂੰ, ਕਿ ਮੈਂ ਬੇਨਤੀ ਕਰਦਾ ਕਿ ਇਸ ਬੱਚੇ ਦੇ ਸਿਰ 'ਤੇ, ਇਸ ਪਰਿਵਾਰ ਦੇ ਸਿਰ 'ਤੇ ਆਪਣਾ ਹੱਥ ਰੱਖਣ, ਤਾਂ ਜੋ ਇਹ ਅੱਗੇ ਵੀ ਜਿਹੜੀਆਂ ਤਰੱਕੀਆਂ ਨੇ ਉਹਦੀਆਂ ਬੁਲੰਦੀਆਂ ਨੂੰ ਛੂੰਹਦੀ ਰਹੀ। ਇਹ ਸਨ ਪਿੰਡ ਵਾਸੀ ਜਿਨ੍ਹਾਂ ਨੇ ਸਰਕਾਰ, ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ, ਕਿਉਂਕਿ ਅਸੀਂ ਜ਼ਿਲ੍ਹਾ ਸੰਗਰੂਰ ਦੇ ਹੋਣ ਕਰਕੇ ਇਹ ਜ਼ਿਲ੍ਹਾ ਸੰਗਰੂਰ ਦੇ ਵਿੱਚੋਂ ਪਿੰਡ ਮੰਗਵਾਲ, ਕਿਉਂਕਿ ਜੇ ਦੇਖਿਆ ਜਾਵੇ ਨੇੜੇ 800-900 ਮੀਟਰ ਦੇ ਉੱਤੇ ਹੀ ਕੋਠੀ ਹੈ ਭਗਵੰਤ ਸਿੰਘ ਮਾਨ ਦੀ। ਅਸੀਂ ਬੇਨਤੀ ਕਰਦੇ ਹਾਂ ਆਪਣੇ ਚੈਨਲ ਵੱਲੋਂ ਵੀ ਇਹੋ ਜਿਹੇ ਸੱਜਣਾਂ ਦਾ ਦਿੱਤਾ ਜਾਵੇ ਸਾਥ, ਇਹੋ ਜਿਹੇ ਨੌਜਵਾਨ ਕੁੜੀਆਂ ਨੂੰ, ਮੁੰਡਿਆਂ ਨੂੰ ਪ੍ਰਫੁੱਲਿਤ ਕੀਤਾ ਜਾਵੇ ਤਾਂ ਕਿ ਸਰਕਾਰਾਂ ਦੇ ਵਿੱਚ ਕਿਤੇ ਨਾ ਕਿਤੇ ਐਡਜਸਟਮੈਂਟ ਹੋ ਸਕਦੀ ਆ ਜੇ ਸਰਕਾਰ ਕਰਨੀ ਚਾਹੇ ਤਾਂ। ਇਹੋ ਜਿਹੇ ਨੌਜਵਾਨਾਂ ਨੂੰ ਮਾਲੀ ਮਦਦ ਕਰਕੇ, ਕੋਈ ਨੌਕਰੀ ਦੇ ਕੇ ਮਦਦ ਕਰ ਸਕਦੇ ਨੇ। ਕੈਮਰਾਮੈਨ ਮਹਿੰਦਰ ਦੇ ਨਾਲ ਇਕਬਾਲ ਸਿੰਘ ਫੱਗੂਆਲਾ, D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ, ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।